ਸਸੇਕਾਲ ਪੰਜਾਬ ਭਾਰਤ ਤੇ ਕੈਨੇਡਾ ਦੀਆਂ ਇੰਗਲਿਸ਼ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ daily.com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਅਨੂਜਾ ਕਸ਼ਯਪ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਹਨ। ਪੰਜਾਬ ਵਿੱਚ 14 ਬ੍ਰਿਟੇਨ ਦੇ ਨੌਜਵਾਨ ਰਾਜ ਦਾ ਦੌਰਾ ਕਰਨਗੇ ਅਤੇ ਕੇਂਦਰ ਸਰਕਾਰ ਨੇ 31,000 crore ਦੇ ਫੂਡ ਕ੍ਰੈਡਿਟ ਲੋਨ ਨੂੰ ਮਾਫ਼ ਕਰਨ ਦੀ ਟਾਲਮ ਟੋਲ ਕੀਤੀ ਹੈ। ਭਾਰਤ ਵਿੱਚ ਵੱਖਵਾਦੀ ਗਰੁੱਪਾਂ ਨੇ ਇਤਵਾਰ ਨੂੰ ਕਸ਼ਮੀਰ ਵਿੱਚ ਪੂਰੀ ਤਰ੍ਹਾਂ ਤੋਂ ਬੰਦ ਕਰਨ ਦੀ ਮੰਗ ਕੀਤੀ ਹੈ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੋੜਾ ਆਰਥਿਕ ਅਪਰਾਧੀਆਂ ਦੇ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ। ਕੈਨੇਡਾ ਵਿੱਚ ਓਨਟੇਰੀਓ ਫੈਡਰਲ ਕਾਰਬਨ ਟੈਕਸ ਨੂੰ ਚੁਣੌਤੀ ਦਿੱਤੀ ਗਈ ਹੈ ਅਤੇ ਭੀੜ ਭਾੜ ਵਾਲੇ ਬੀਚ ਤੇ ਵੈਨ ਚਲਾਉਣ ਤੋਂ ਬਾਅਦ ਹੈਮਿਲਟਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ ਭਾਰਤ ਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਬਰਤਾਨੀਆ ਦੇ 14 ਪੰਜਾਬ ਮੂਲ ਦੇ ਨੌਜਵਾਨਾਂ ਦਾ ਪਹਿਲਾ ਜੱਥਾ 7 ਤੋਂ 16 ਅਗਸਤ ਤੱਕ ਰਾਜ ਦਾ ਦੌਰਾ ਕਰੇਗਾ। ਤੁਹਾਡੇ ਰੂਟਸ ਨਾਲ ਜੁੜੋ ਪ੍ਰੋਗਰਾਮ ਉਹ ਵੱਖ ਵੱਖ ਜ਼ਿਲ੍ਹਿਆਂ ਵਿੱਚ ਆਪਣੇ ਜੱਦੀ ਸਥਾਨ ਤੇ ਆਪਣੇ ਮਾਂ ਪਿਓ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣਗੇ। ਪੰਜਾਬ ਸਰਕਾਰ ਦੇ 31,000 crore ਦੇ ਵਿਰਾਸਤੀ ਫੂਡ ਕ੍ਰੈਡਿਟ ਲੋਨ ਛੱਡਣ ਤੋਂ ਕੇਂਦਰ ਸਰਕਾਰ ਦਾ ਕੋਈ ਇਸ਼ਾਰਾ ਨਹੀਂ ਕੀਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾਅਵਾ ਕਰ ਰਹੇ ਹਨ ਕਿ ਕੇਂਦਰ ਦੁਆਰਾ ਕਰਜ਼ੇ ਦਾ ਹੱਲ ਕੀਤਾ ਜਾ ਰਿਹਾ ਹੈ। ਸੀਜ਼ਜ਼ ਪਾਇਲਟ ਰੋਮਨ ਕਰਮਾਰਿਕ ਨੇ ਪਟਿਆਲਾ ਐਵੀਏਸ਼ਨ ਕਲੱਬ ਦਾ ਦੌਰਾ ਕੀਤਾ, ਜਿਸ ਨੇ ਚੈਕੋਸਲਾਵੀਆ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੇ ਪੂਰੀ ਦੁਨੀਆ ਦਾ ਚੱਕਰ ਲਗਾਇਆ। ਉਹ ਇਹ ਚੱਕਰ ਅਕੇਲੇ ਲਗਾ ਰਹੇ ਹਨ। 36 ਦਿਨਾਂ ਵਿੱਚ ਆਪਣੇ ਦੌਰੇ ਨੂੰ ਪੂਰਾ ਕਰਨ ਦੀ ਉਮੀਦ ਹੈ। ਉਹ 8 ਸਤੰਬਰ ਨੂੰ ਪ੍ਰਾਗ ਵਿੱਚ ਵਾਪਸ ਆ ਜਾਣਗੇ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਹੈ ਕਿ ਕਾਂਗਰਸ 925 crore rupees ਦੇ ਏਮਸ ਬਠਿੰਡਾ ਪ੍ਰੋਜੈਕਟ ਨੂੰ ਜਾਂਚ ਬੂਝ ਕਰ ਦੇਰ ਕਰ ਰਹੀ ਹੈ। ਬਾਦਲ ਨੇ ਕਿਹਾ ਹੈ ਕਿ ਕਾਂਗਰਸ ਛੋਟੇ ਪ੍ਰਵਾਸੀ ਮਾਮਲਿਆਂ ਦੇ ਮੱਦੇਨਜ਼ਰ ਪ੍ਰਵਾਨਗੀ ਤੋਂ ਇਨਕਾਰ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸਰਬਜੀਤ ਕੌਰ ਮਨੂਕੇ ਨੇ ਪਾਰਟੀ ਦੇ ਬਾਗੀ ਸੁਖਪਾਲ ਖੇੜਾ ਤੇ ਬਦਨਾਮੀ ਦੀ ਮੁਹਿੰਮ ਚਲਾਉਣ ਦਾ ਦੋਸ਼ ਲਾਇਆ ਹੈ। ਵਿਰੋਧੀ ਧਿਰ ਦੇ ਹਰਪਾਲ ਸਿੰਘ ਚੀਮਾ ਨੇ ਵੀ ਮਨੂਕੇ ਦੇ ਦਾਅਵਿਆਂ ਦਾ ਸਮਰਥਨ ਕੀਤਾ ਹੈ। ਦੋਨਾਂ ਨੇ ਖੇੜਾ ਅਤੇ ਉਹਨਾਂ ਦੇ ਸਮਰਥਕਾਂ ਵਿਰੁੱਧ ਕਾਨੂੰਨੀ ਕਾਰਨ ਦੀ ਘੋਸ਼ਣਾ ਕੀਤੀ। ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖ਼ਤ ਦਾ ਮੁੱਖ ਗ੍ਰੰਥੀ ਵਜੋਂ ਭੇਜਿਆ ਗਿਆ ਹੈ। ਉਹ 5 ਉੱਚੀ ਪਦਵੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ 2015 'ਚ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਸੀ। ਸਥਾਨਕ BJP ਵਰਕਰ ਜਗਦੀਪ ਸਿੰਘ ਦੀ ਹੱਤਿਆ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ। ਪੁਲਿਸ ਨੇ ਕਾਂਗਰਸੀ ਕਾਉਂਸਲਰ ਗੁਰਦੀਪ ਸਿੰਘ ਨੀਤੂ ਅਤੇ 7 ਹੋਰ ਜਿਨ੍ਹਾਂ ਕਥਿਤ ਤੌਰ 'ਤੇ ਅਪਰਾਧ ਵਿੱਚ ਸ਼ਾਮਿਲ ਸਨ ਦੀ ਗ੍ਰਿਫਤਾਰੀ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਉਹ ਅਜਿਹਾ ਕਾਰਨ ਤੋਂ ਨਾਰਾਜ਼ ਹਨ। ਪਠਾਨਕੋਟ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੋਗਿੰਦਰ ਸਿੰਘ LLD ਦਾ ਪਿੱਛਾ ਕਰਨ ਅਤੇ ਹਾਈ ਪ੍ਰੋਫਾਈਲ ਕਠੂਆ ਬਲਾਤਕਾਰ ਅਤੇ ਕਤਲ ਕੇਸ ਦੀ ਪ੍ਰਧਾਨਗੀ ਦੇ ਦੌਰਾਨ ਆਪਣਾ ਸਮੇਂ ਜਗਲਿੰਗ ਕਰ ਰਹੇ ਹਨ। SC ਨੇ ਪਠਾਨਕੋਟ ਵਿੱਚ ਕੁਝ ਸਿਆਸੀ ਪਾਰਟੀਆਂ ਅਤੇ ਵਕੀਲਾਂ ਵੱਲੋਂ ਕਠੂਆ ਵਿੱਚ ਅਸਥਿਰਤਾ ਪੈਦਾ ਕਰਨ ਤੋਂ ਬਾਅਦ ਇਸ ਮੁਕੱਦਮੇ ਦੀ ਥਾਂ ਪਠਾਨਕੋਟ ਵਿੱਚ ਤਬਦੀਲੀ ਕਰ ਦਿੱਤੀ ਸੀ। ਸੋਸ਼ਲ ਜਸਟਿਸ ਅਤੇ ਅਧਿਕਾਰ ਰਾਜ ਮੰਤਰੀ ਰਾਮਦਾਸ ਅਠਵਲੇ ਨੇ ਦਲਿਤ ਸੰਸਥਾਵਾਂ ਨੂੰ 9 ਅਗਸਤ ਨੂੰ ਆਪਣੀ ਪ੍ਰਸਤਾਵਿਤ ਦੇਸ਼ ਭਰ ਨੂੰ ਬੰਦ ਕਰਨ ਵਾਸਤੇ ਬੁਲਾਇਆ ਹੈ। ਦਲਿਤ ਆਗੂ ਅਠਵਾਲੇ ਨੇ ਦਾਅਵਾ ਕੀਤਾ ਹੈ ਕਿ NDA ਨੇ ਸਿਧਾਂਤ SC/ST ਐਕਟ ਵਿੱਚ ਫੈਸਲਾ ਕੀਤਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਾਗੀਰ ਵਾਸੀ ਨੂੰ ਕਥਿਤ ਤੌਰ ਤੇ ਰੱਖਣ ਵਾਲੇ 2 ਜਲੰਧਰ ਵਸਨੀਕ ਨੂੰ ਫੜ ਲਿਆ ਹੈ। ਮਲੇਸ਼ੀਆ ਲਈ ਉਡਾਨ ਭਰਨ ਵੇਲੇ ਉਹ ਵਸਨੀਕ ਆਉਂਦੇ ਤੈਨਾਤ ਸਨ, ਜਿਨ੍ਹਾਂ ਦੋਨਾਂ ਨੂੰ ਟਰੈਵਲ ਏਜੰਟਾਂ ਨੇ ਧੋਖਾ ਦਿੱਤਾ ਸੀ, ਜਿਸ ਨੂੰ ਉਹਨਾਂ ਨੇ ਜਾਲੀ ਵੀਜ਼ਾ ਦਿੱਤਾ ਸੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦ ਵਾਪਸ ਆਵਾਂਗੇ। ਕਰੋਲ ਬਾਗ ਜਵੈਲਰਸ, ਗਹਿਣਿਆਂ ਦੇ ਲੇਟੈਸਟ ਡਿਜ਼ਾਈਨ ਲਈ ਪਹਿਲੀ ਚੁਆਇਸ। ਸੋਨੇ ਅਤੇ ਹੀਰੇ ਦੇ ਸੈੱਟ, ਚੂੜੀਆਂ ਅਤੇ ਕੜੇ, ਚੇਨ, ਜੜਾਊ ਸੈੱਟ ਅਤੇ ਹੋਰ ਵੀ ਕਈ ਗਹਿਣਿਆਂ ਤੇ ਸਪੈਸ਼ਲ ਡਿਸਕਾਊਂਟ। ਸਭ ਤੋਂ ਵੱਡੀ ਚੁਆਇਸ, ਬਿਹਤਰੀਨ ਸਰਵਿਸ ਅਤੇ ਸਭ ਤੋਂ ਵਾਜਿਬ ਰੇਟਾਂ ਲਈ ਆਓ ਕਰੋਲ ਬਾਗ ਜਵੈਲਰਸ ਅਤੇ ਰੂਪ ਜਵੈਲਰਸ। ਕਰੋਲ ਬਾਗ ਜਵੈਲਰਸ, 1098 ਪੀਟਰ ਰੋਬਰਟਸਨ ਬੁਲੇਵਾਰਡ, ਬ੍ਰੈਂਪਟਨ। ਰੂਪ ਜਵੈਲਰਸ, 503 ਰੇ ਲੋਸਨ ਬੁਲੇਵਾਰਡ, ਬ੍ਰੈਂਪਟਨ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ।
ਵੱਖਵਾਦੀ ਗਰੁੱਪਾਂ ਨੇ ਸੰਵਿਧਾਨ ਦੀ ਧਾਰਾ 35A ਦੀ ਸੰਵਿਧਾਨਿਕ ਵੈਧਤਾ ਨੂੰ ਚੁਣੌਤੀ ਦੇਣ ਵਾਲੇ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਵਿਰੁੱਧ ਐਤਵਾਰ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਬੰਦ ਕਰਨ ਦੀ ਮੰਗ ਕੀਤੀ ਹੈ। ਆਰਟੀਕਲ ਰਾਜ ਦੇ ਸਥਾਈ ਨਿਵਾਸੀਆਂ ਲਈ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਕ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ ਭਗੋੜੇ ਆਰਥਿਕ ਅਧਿਕਾਰੀਆਂ ਨੂੰ ਭਾਰਤ ਵਿੱਚ ਕਾਨੂੰਨੀ ਪ੍ਰਕਿਰਿਆ ਤੋਂ ਬਚਣ ਅਤੇ ਦੇਸ਼ ਤੋਂ ਭੱਜਣ 'ਚ ਰੋਕਣਗੇ। ਸ਼ਰਾਬ ਵਪਾਰੀ ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਉਮੀਦਵਾਰ ਜਿਨ੍ਹਾਂ ਦੀ ਜਾਂਚ CBI ਨੇ ਕੀਤੀ ਹੈ ਉਹ ਭਾਰਤ ਤੋਂ ਬਾਹਰ ਹਨ। ਸੁਪਰੀਮ ਕੋਰਟ ਦੇ ਕਈ ਜੱਜ ਸਰਕਾਰ ਤੋਂ ਨਾਰਾਜ਼ ਹਨ। ਇਹ ਆਪਣੀ ਨਿਯੁਕਤੀ ਨੋਟੀਫਿਕੇਸ਼ਨ ਵਿੱਚ ਜਸਟਿਸ KS ਯੂਸਫ ਦੀ ਸੀਨੀਓਰਿਟੀ ਨੂੰ ਬਦਲਣ ਦੇ ਲਈ ਹੈ। ਉਹ ਕਥਿਤ ਤੌਰ 'ਤੇ CJI ਦੀਪਕ ਮਿਸ਼ਰਾ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਕੇਂਦਰ ਦੀ ਦਖਲਅੰਦਾਜ਼ੀ ਬਾਰੇ ਉਹ ਸ਼ਿਕਾਇਤ ਦਰਜ ਕਰਾਉਂਦੇ ਹਨ। ਭਾਜਪਾ ਦੇ ਮੁਖੀ ਅਮਿਤ ਸ਼ਾਹ ਨੇ ਐਤਵਾਰ ਨੂੰ ਵਿਵਾਦਿਤ NRC ਮੁੱਦਿਆਂ 'ਤੇ ਵੋਟ ਬੈਂਕ ਦੀ ਸਿਆਸਤ ਖੇਡਣ ਲਈ ਵਿਰੋਧੀ ਧਿਰ ਦਾ ਪੱਖ ਲਿੱਤਾ। ਭਾਜਪਾ ਪ੍ਰਮੁੱਖ ਨੇ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਸਪਾ ਨੂੰ ਇਸ ਬਾਰੇ ਸਪਸ਼ਟ ਕਰਨ ਨੂੰ ਕਿਹਾ ਹੈ ਕਿ ਉਹ ਗੈਰ ਕਾਨੂੰਨੀ ਬੰਗਲਾਦੇਸ਼ੀਆਂ ਨੂੰ ਭਾਰਤ ਵਿੱਚ ਵਸਾਉਣ ਨੂੰ ਚਾਹੁੰਦੇ ਹਨ ਜਾਂ ਇਹ ਚਾਹੁੰਦੇ ਹਨ ਕਿ ਉਹਨਾਂ ਨੂੰ ਬੇਦਖਲ ਕੀਤਾ ਜਾਵੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੇਨਈ ਦੇ ਹਸਪਤਾਲ ਵਿੱਚ DMK ਦੇ ਨੇਤਾ ਕਰੁਣਾ ਨਿਧੀ ਨਾਲ ਮੁਲਾਕਾਤ ਕੀਤੀ, ਜਿੱਥੇ ਇੱਕ ਹਫ਼ਤੇ ਤੋਂ ਇਲਾਜ ਕਰਵਾਇਆ ਜਾ ਰਿਹਾ ਹੈ। ਕਰੁਣਾ ਨਿਧੀ ਨੇ 2016 ਵਿੱਚ ਲਗਭਗ ਸਿਰਗਰਮ ਰਾਜਨੀਤੀ ਤੋਂ ਦੂਰ ਰਹਿਣ ਤੋਂ ਬਾਅਦ ਉਹਨਾਂ ਦੀ ਸ਼ੁਰੂਆਤ ਕੀਤੀ ਸੀ। 2017-2018 ਦੇ ਦੌਰਾਨ 21 ਜਨਤਕ ਖੇਤਰ ਦੇ ਬੈਂਕਾਂ ਅਤੇ ਗ੍ਰਾਹਕਾਂ ਤੋਂ 5,000 ਕਰੋੜ ਦੀ ਰਕਮ ਇਕੱਠੀ ਕੀਤੀ ਗਈ ਹੈ। ਇਸ ਮੁੱਦੇ ਦੇ ਕਾਰਨ SBI ਨੂੰ 6,547 ਕਰੋੜ ਰੁਪਏ ਦਾ ਘਾਟਾ ਹੋਇਆ। ਗੰਭੀਰ ਮੌਸਮ ਦੇ ਕਾਰਨ 200 ਤੋਂ ਵੱਧ ਕੈਲਾਸ਼ ਮਾਨਸਰੋਵਰ ਯਾਤਰੀ ਨੇਪਾਲ ਵਿੱਚ ਫਸੇ ਹੋਏ ਹਨ। ਉਹ ਨੇਪਾਲ ਦੇ ਸਿਮੀਕੋਟ ਅਤੇ ਹਿਲਸਾ ਖੇਤਰ ਵਿੱਚ ਫਸੇ ਹੋਏ ਹਨ। ਇਸ ਤੋਂ ਪਹਿਲਾਂ ਜੁਲਾਈ ਵਿੱਚ ਕਈ ਸ਼ਰਧਾਲੂਆਂ ਨੂੰ ਇਸੇ ਕਾਰਨ ਕਰਕੇ ਏਅਰਲਿਫਟ ਕੀਤਾ ਗਿਆ ਸੀ। ਹਿਮਾਚਲ ਪ੍ਰਦੇਸ਼ ਸਰਕਾਰ ਕਿਸਾਨਾਂ ਨੂੰ ਖੇਤੀ ਕਰਨ ਲਈ ਪ੍ਰੋਤਸਾਹਿਤ ਕਰਕੇ ਚਿਕਿਤਸਕ ਪੌਦਿਆਂ ਦੀ ਪੈਦਾਵਾਰ ਅਤੇ ਸੰਭਾਲ ਨੂੰ ਉਤਸ਼ਾਹ ਦੇ ਰਹੇ ਹਨ। ਨੈਸ਼ਨਲ ਆਯੁਸ਼ ਮਿਸ਼ਨ ਤਹਿਤ ਸਰਕਾਰ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ, ਜਿਸ ਲਈ ਕਿਸਾਨ ਕਲਸਟਰ ਤਿਆਰ ਕੀਤੇ ਗਏ ਹਨ। ਟੈਸਟ ਬੱਲੇਬਾਜ਼ੀ ਤਾਜ਼ਾ ICC ਰੈਂਕਿੰਗ ਦੇ ਅਨੁਸਾਰ ਵਿਰਾਟ ਕੋਹਲੀ ਹੁਣ ਟੈਸਟ ਦੇ ਨੰਬਰ 1 ਬੱਲੇਬਾਜ਼ ਹੋ ਗਏ ਹਨ। ਹਾਲ ਹੀ ਵਿੱਚ ਇੰਗਲੈਂਡ ਦੇ ਖਿਲਾਫ ਟੈਸਟ ਦੇ ਦੌਰਾਨ ਉਸਨੇ ਸਟੀਵ ਸਮਿਥ ਨੂੰ ਪਿੱਛੇ ਛੱਡਿਆ। ਉੱਚ ਸ਼੍ਰੇਣੀ ਦੇ ਕੈਂਸਰ ਦੇ ਲਈ ਇਲਾਜ ਕਰਾ ਰਹੀ ਅਦਾਕਾਰਾ ਸੋਨਾਲੀ ਬੇਂਦਰੇ ਨੇ ਕਿਹਾ ਹੈ ਕਿ ਉਹ ਹਰ ਪਲ ਖੁਸ਼ ਹਨ ਅਤੇ ਖੁਸ਼ੀ ਦੀ ਭਾਲ ਕਰਕੇ ਸਕਾਰਾਤਮਕ ਰਹਿੰਦੀ ਹਨ। ਉਸ ਦੇ ਚੰਗੇ ਮਿੱਤਰ ਸੂਜਨ ਖਾਨ ਅਤੇ ਗਾਇਤਰੀ ਓਬਰਾਏ ਉਸ ਨੂੰ ਫਰੈਂਡਸ਼ਿਪ ਡੇ ਦੇ ਮੌਕੇ ਤੇ ਮਿਲਣ ਗਏ। ਬੇਂਦਰੇ ਨੇ ਆਪਣੇ ਮਿੱਤਰਾਂ ਦਾ ਧੰਨਵਾਦ ਕੀਤਾ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਚੱਲ ਵਾਪਸ ਆਵਾਂਗੇ। Get the mortgage that's best for you from Abdul Kaiser, Principal Broker of Ingenious Mortgages. We offer first and second mortgages and refinancing. We deal with multiple lenders. We also conduct the REMIC course and exam to become a mortgage agent in just 1 week at our location. Call us at 416-887-9196 or log on to www.ingeniousmortgages.ca. IndianTimesDaily.com ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਕੈਨੇਡਾ ਦੀਆਂ 10 ਮੁੱਖ ਖਬਰਾਂ ਹਨ। ਓਨਟੇਰੀਓ ਦੀ ਫੋਰਡ ਸਰਕਾਰ, ਜੋ ਕਿ ਸਸਕੈਚਵਾਨ ਦੀ ਸੰਵਿਧਾਨਕ ਕਾਰਵਾਈ ਦਾ ਸਮਰਥਨ ਕਰ ਰਹੀ ਹੈ, ਕਾਰਟੂਨ ਟੈਕਸ ਦੇ ਖਿਲਾਫ ਓਟਵਾ ਦੀ ਲੜਾਈ ਵਿੱਚ $30 million ਖਰਚ ਕਰੇਗੀ। ਇਹ ਕਦਮ ਕਾਨੂੰਨੀ ਲੜਾਈ ਦੀ ਅਗਵਾਈ ਕਰੇਗਾ, ਜਿਸ ਦਾ ਉਦੇਸ਼ ਓਟਵਾ ਜਲਵਾਯੂ ਤਬਦੀਲੀ ਦੇ ਏਜੰਡੇ ਨੂੰ ਬਣਾਉਣ ਲਈ ਹੈ। 43 ਸਾਲ ਦੇ ਹੈਮਿਲਟਨ ਬੰਦੇ ਨੂੰ ਓਨਟੇਰੀਓ ਦੇ ਪੋਰਟ ਡੋਵਰ ਵਿੱਚ ਭੀੜ ਭਰੇ ਬੀਚ ਤੇ ਖਰਾਬ ਡਰਾਈਵਿੰਗ ਦੇ ਲਈ ਗ੍ਰਿਫਤਾਰ ਕੀਤਾ ਗਿਆ ਹੈ। ਸੋਸ਼ਲ ਮੀਡੀਆ ਤੇ ਪੋਸਟ ਇੱਕ ਵੀਡੀਓ ਦਿਖਾਉਂਦੀ ਹੈ ਕਿ ਵੈਨ ਬੈਂਚ ਤੋਂ ਪਿੱਛੇ ਹਟ ਰਹੀ ਹੈ ਅਤੇ ਫਿਰ ਉਸ ਤੇ ਵਾਪਸ ਚੱਲ ਰਹੀ ਹੈ, ਜਿੱਥੇ ਲੋਕਾਂ ਦੀ ਭੀੜ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੈਨਕੂਵਰ ਆਈਲੈਂਡ ਦੇ 2 ਪਰਿਵਾਰਿਕ ਕੇਂਦਰਾਂ ਤੇ ਸੈਂਕੜੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ, ਜਿੱਥੇ ਉਹਨਾਂ ਨੂੰ ਟਰਾਂਸ ਮਾਊਂਟੇਨ ਪਾਈਪਲਾਈਨ ਵਿਸਤਾਰ ਪ੍ਰੋਜੈਕਟ ਤੇ ਮਜ਼ਬੂਤ ਸਰਕਾਰਾਂ ਦੀ ਯਾਦ ਦਿਵਾਈ ਗਈ। ਟਰੂਡੋ ਨੇ ਹਾਲਾਂਕਿ ਕਿਹਾ ਹੈ ਕਿ ਉਹ ਇਸ ਪ੍ਰੋਜੈਕਟ ਨੂੰ ਰੋਕ ਨਹੀਂ ਕਰਨਗੇ। ਓਨਟੇਰੀਓ ਮੇਅਰ ਜੌਨ ਟੋਰੀ ਦੇ ਦਸਤਖਤ ਟ੍ਰਾਂਜ਼ਿਟ ਪਲਾਨ ਨਵੇਂ ਪ੍ਰਾਂਤੀ ਸਰਕਾਰ ਦੇ ਤਹਿਤ ਇੱਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ ਹਨ। ਪ੍ਰੀਮੀਅਰ ਡਗ ਫੋਰਡ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਨੇ ਗੋ ਟ੍ਰਾਂਜ਼ਿਟ ਦੀ ਲਾਗਤ ਨੂੰ ਘਟਾਉਣ ਦੀ ਇੱਕ ਮੁੱਖ ਨੀਤੀ ਨੂੰ ਕਾਰਨ ਤੋਂ ਇਨਕਾਰ ਕਰ ਦਿੱਤਾ ਹੈ, ਜੋ ਕਿ ਸਮਾਰਟ ਟ੍ਰੈਕ ਪ੍ਰੋਜੈਕਟ ਅਧੀਨ ਹੈ। ਵਾਤਾਵਰਣ ਕੈਨੇਡਾ ਨੇ ਮੌਂਟਰੀਅਲ ਖੇਤਰ ਲਈ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ। 40 ਡਿਗਰੀ ਦੇ ਨੇੜੇ ਦਿਨ ਵਾਲੇ ਉੱਚ ਤਾਪਮਾਨ ਦੀ ਉਮੀਦ ਕੀਤੀ ਜਾਂਦੀ ਹੈ, ਜੋ ਹਿਊਮਿਡੈਕਸ ਦੇ 40 ਦੇ ਨੇੜੇ ਆਉਂਦੇ ਹਨ। ਮੌਸਮ ਏਜੰਸੀ ਨੇ ਨਿਵਾਸੀਆਂ ਨੂੰ ਹਾਈਡਰੇਟ ਰਹਿਣ ਨੂੰ ਅਤੇ ਸਰੀਰਕ ਗਤੀਵਿਧੀਆਂ ਨੂੰ ਘਟਾਉਣ ਨੂੰ ਕਿਹਾ ਹੈ। ਕੈਨੇਡਾ ਦੇ ਨੇਚਰ ਕੰਜ਼ਰਵੈਂਸੀ ਨੇ ਕੈਨੇਡਾ ਦੇ ਚੋਟੀ ਦੇ 10 ਹਮਲਾਵਰ ਪ੍ਰਜਾਤੀਆਂ ਦੀ ਇੱਕ ਮੁਖੀ ਜਾਰੀ ਕੀਤੀ ਹੈ। ਕੰਜ਼ਰਵੇਸ਼ਨ ਗਰੁੱਪ ਨੇ ਕੈਨੇਡੀਅਨਸ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਦੇ ਨਾਲ ਸਫ਼ਰ ਨਾ ਕਰਨ, ਕਿਉਂਕਿ ਇਹ ਹਮਲਾਵਰ ਪ੍ਰਜਾਤੀਆਂ ਨੂੰ ਦਰਿਆਵਾਂ ਅਤੇ ਜੰਗਲਾਵਾਂ ਵਿੱਚ ਫੈਲਾ ਸਕਦਾ ਹੈ। BC ਵਿੱਚ ਰੇਡੀਓ ਟੈਲੀਸਕੋਪ ਬਾਹਰੀ ਸਪੇਸ ਵਿੱਚ ਇੱਕ ਦੂਰ ਸਥਾਨ ਤੋਂ ਇੱਕ ਮੁੱਠੀ ਭਰ ਸਿਗਨਲ ਚੁੱਕਿਆ ਹੈ।
ਕੈਨੇਡੀਅਨ ਹਾਈਡਰੋਜਨ ਇੰਟੈਂਸਿਟੀ ਮੈਪਿੰਗ ਐਕਸਪੈਰੀਮੈਂਟ ਨੇ ਫਾਸਟ ਰੇਡੀਓ ਬਰਸਟ ਲਈ ਹੈ, ਜੋ ਕਿ ਸਿਰਫ ਮਿਲੀਸੈਕਿੰਡ ਤੋਂ 2007 ਵਿੱਚ ਲਗਭਗ 30 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਹਨ। ਜੁਲਾਈ ਵਿੱਚ ਟੋਰਾਂਟੋ ਵਿੱਚ ਘਰਾਂ ਦੀ ਵਿਕਰੀ ਲਗਭਗ 19% ਵੱਧ ਗਈ ਅਤੇ ਖਰੀਦਦਾਰਾਂ ਨੇ ਮਾਰਕੀਟ ਵਿੱਚ ਵਾਪਸੀ ਜਾਰੀ ਰੱਖੀ ਅਤੇ ਔਸਤ ਭਾਅ ਸਾਰੇ ਵਰਗਾਂ ਵਿਚਾਲੇ ਲਾਏ। ਸਾਲ ਦੇ ਸ਼ੁਰੂ ਵਿੱਚ ਸਖ਼ਤ ਨਵੇਂ ਮੌਰਗੇਜ ਕੁਆਲੀਫਿਕੇਸ਼ਨ ਨਿਯਮਾਂ ਨੂੰ ਲਾਗੂ ਕਰਨ ਤੋਂ ਬਾਅਦ ਸੰਭਾਵਿਤ ਖਰੀਦਦਾਰਾਂ ਨੂੰ ਛੱਡ ਦਿੱਤਾ ਗਿਆ ਸੀ। ਕਬਕ ਦੇ ਅਫਸਰਾਂ ਦੀ ਇੱਕ ਟੀਮ ਛੇਤੀ ਹੀ ਪੱਛਮੀ ਅਫਰੀਕਾ ਦੇ ਮਾਲੀ ਦੇਸ਼ ਵੱਲ ਜਾ ਰਹੀ ਹੈ, ਜੋ ਕੈਨੇਡਾ ਦੀ ਸ਼ਾਂਤੀ ਮੁਹਿੰਮ ਦਾ ਹਿੱਸਾ ਹੈ। ਅਧਿਕਾਰੀ ਮੇਲੀਅਨ ਪੁਲਿਸ ਨੂੰ ਵਿਸ਼ੇਸ਼ ਤਕਨੀਕਾਂ ਜਿਵੇਂ ਅਪਰਾਧਕ ਦ੍ਰਿਸ਼ ਜਾਂ ਵੱਧਦੇ ਅਪਰਾਧ ਦੀ ਜਾਂਚ ਵਰਗੀ ਟ੍ਰੇਨਿੰਗ ਲਈ ਮਦਦ ਕਰਨਗੇ। ਓਨਟੇਰੀਓ ਵਿੱਚ ਹੈਲਟਨ ਪੁਲਿਸ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਕਿ ਡਰੇਕ ਦੀ ਇਨ ਮਾਈ ਫੀਲਿੰਗ ਗਾਣੇ ਵੱਲ ਨੂੰ ਭਟਕਣ ਵਾਲੇ ਡਰਾਈਵਰਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਸੰਭਾਵੀ ਜ਼ਖਮੀਆਂ ਲਈ ਇੱਕ ਮੁਕੰਮਲ ਤੂਫਾਨ ਹੈ। ਇੱਕ ਡਾਂਸਰ ਨੇ ਇੱਕ ਗੋਲ ਚੱਕਰ 'ਤੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਖੋਪੜੀ ਤੋੜ ਦਿੱਤੀ, ਜਦਕਿ ਇੱਕ ਹੋਰ ਉਹਦੀ ਗੱਡੀ ਤੋਂ ਦੌੜ ਗਿਆ। ਇਸੇ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਤਾਂ ਤੁਸੀਂ ਇੰਡੀਅਨ ਟਾਈਮਸ ਡੇਲੀ 'ਤੇ ਲੌਕਡਾਊਨ ਰਹੋ, ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਸ ਤੋਂ ਇਲਾਵਾ ਹੁਣ ਇਸ ਪੋਰਟਲ 'ਤੇ ਤੁਸੀਂ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲਾਨਰ ਸਕਦੇ ਸਾਰੇ ਕੈਨੇਡੀਅਨ ਬਿਜ਼ਨਸਿਸ ਅਤੇ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਅਤੇ ਖੁਸ਼ਗਵਾਰ ਗੁਜ਼ਰੇ। Welcome to the Field Fresh Supermarket. One stop shop for fresh vegetables, fruits, bakery products, Indian and Chinese grocery, and much more. Visit us today at 5661 Steeles Avenue East in Scarborough, major intersection Steeles and Middlefield. Check out our weekly flyers. Field Fresh Supermarket, always fresh. We may not get to see superstars Salman Khan and Shah Rukh Khan on the big screen anytime sooner. However, their small screen appearances is enough visual treat for their fans. Currently, Salman Khan is seen hosting reality show Das Kadam, wherein many Bollywood biggies do visit the show for their film's promotions. Of late, Anil Kapoor and Kamal Hassan were seen promoting their respective movies. But this time, it wasn't any film's advertisement. Rather, the grand finale episode and Sunil Grover's birthday that's making news. Yes, Grover celebrated his birthday with the Khans, while Das Kadam witnessed actress Rani Mukherjee accompanied with Karan Arjun and Grover aping Amitabh Bachchan. A special mention to their fan clubs that we got to see the fun night. Immigration Terminal, the specialist for visitor visa, student visa, business immigration, family sponsorship, work permits, PNP programs, live-in caregivers and LMIA applications. Highly experienced in cases involving criminal or medical admissibility and previously refused or misrepresentation cases. Call 416-675-5666 in Ontario or 778-927-3455 in BC. Email us at info@immigrationterminal.ca. Immigration Terminal, right consultants, right future. According to a statement issued on behalf of the makers on Thursday, the Federal Censor Board of Pakistan has banned the film, a courtroom drama around it restoring the honor of a Muslim family accused of treason. Tapsi, who plays a lawyer in the movie, says it's sad to see this ban, as good content won't reach there. She said, "Of course, concern hota hai for the producer that they won't be able to make the money that they could have, and I feel sad that good content will not reach there." So I feel sad for them. While earlier, director Anubhav Sinha had urged viewers in Pakistan to watch the film illegally if they must. When questioned that he was encouraging piracy, he said, "I am not promoting piracy. Please do not sensationalize a very simple statement. ये एक ऐसा युद्ध है जो उन लोगों के साथ लड़ा जाना है जो दो देशों के लोगों को भाईचारे की बात करने से रोकते हैं. तो अगर उसमें कुछ अनफेयर, एवरीथिंग इज फेयर इन लव एंड वॉर, सो दिस इज अबाउट लव एंड इट्स माई फिल्म, आई ओन द फिल्म ऑब्वियसली विद माई पार्टनर मिस्टर दीपक मुकुट. अब मैं बोल रहा हूँ कि अगर आपको गलत रास्ते से भी दिखती है तो देखिए, आपको क्या परेशानी है. मुल्क रिलीज्ड ऑन 3rd अगस्त, दैट ओपन्ड टू अ गुड स्टार्ट. Scans accounted. A team of highly professional accountants, we deliver quality and immeasurable assistance to our clients. For Canada audit assistance and your business loans, the only name you can trust. A professional accountant always makes a difference. For more information, call us at 416-741-0801 or visit us at scansaccountants.com.